अमेरिका दे विचों एक गोरी दे नाल जिहड़ा विआह करवाउंदा है उन्होंने इधर पंजाब लैके आउंदा ते सब तो वड्डी ते माण वाली गल इह है कि उस तो बाद अमृत भी छकदे आ गुरु वाले भी बनदे आ ते अज नहिंग सिंह दे बाणे विच दोनों नज़र आ रहे ने। वाहिगुरु जी का खालसा वाहिगुरु जी की फतेह। सत श्री अकाल जी। सत श्री अकाल जी। यू लाइक पंजाबी? हाँ जी मैनू बहुत पसंद है। ਪੰਜਾਬੀ ਚ ਕਿਹੜੀ ਕਿਹੜੀ ਚੀਜ਼ ਸਮਝ ਲੈਂਦੇ ਹੋ ਕੀ ਕੀ ਤੁਹਾਨੂੰ ਬੋਲਣਾ ਆਉਂਦਾ? Yes, I understand. I try learning little bit more, learning every new word and but complete sentence mushkil speak territory. ਮੇਲ ਕਿਵੇਂ ਹੁੰਦਾ ਤੁਹਾਡਾ? ਇੱਕ ਦੂਜੇ ਨੂੰ ਕਿੱਦਾਂ ਮਿਲਦੇ ਹੋ? Facebook ਰਾਹੀਂ ਵਿੱਚ ਹੀ। Facebook ਤੇ ਅਸੀਂ ਫਰੈਂਡ ਸੀ ਕਾਫੀ ਦੇਰ ਤੋਂ। ਫਿਰ ਇੱਕ ਦਿਨ ਇੱਦਾਂ ਹੀ ਇਹਨਾਂ ਨੂੰ ਮੈਂ ਮਜ਼ਾਕ ਵੀ ਕੀ ਆ ਗੁਰੂ ਘਰ ਦਾ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਕਿ ਜਿੱਦਾਂ ਤੁਸੀਂ ਆਓ ਅਤੇ ਤੁਹਾਨੂੰ ਦਰਸ਼ਨ ਮੇਲੇ ਕਰਾਉਂਦੇ ਹਾਂ ਆਪਾਂ ਗੁਰੂ ਧਾਮਾਂ ਦੇ, ਅਤੇ ਇਹ ਕਹਿੰਦੇ ਕਿ ਹਾਂ ਮੈਂ ਆ ਤਾਂ ਸਕਦੀ ਹਾਂ ਲੇਕਿਨ ਮੈਂ ਤੁਹਾਡੇ ਨਾਲ ਕਮਰਾ ਨਹੀਂ ਸ਼ੇਅਰ ਕਰ ਸਕਦੀ ਕਿ ਮਤਲਬ ਮੈਂ ਗੁਰੂ ਦੀ ਸਿੰਘਣੀ ਹਾਂ, ਮੈਂ ਤਾਂ ਆ ਜ਼ਰੂਰ ਜਾਊਂਗੀ ਪਰ ਕਮਰਾ ਨਹੀਂ ਸ਼ੇਅਰ ਕਰ ਸਕਦੀ। ਮੈਂ ਇਹਨਾਂ ਨੂੰ ਮਜ਼ਾਕ ਵਿੱਚ ਇੱਦਾਂ ਹੀ ਬੋਲਦਾ, ਮੈਂ ਕਿਹਾ ਚਲੋ ਤੁਸੀਂ ਮੈਨੂੰ ਆਨੰਦ ਕਾਰਜ ਕਰਾ ਲਿਓ, ਅਤੇ ਇਹ ਕਹਿੰਦੇ ਚਲੋ ਠੀਕ ਆ। ਮੈਂ ਕਿਉਂਕਿ ਸਾਡਾ ਇੱਦਾਂ ਹਾਸਾ ਮਜ਼ਾਕ ਪਹਿਲਾਂ ਵੀ ਚੱਲਦਾ ਸੀਗਾ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ 3 ਮਹੀਨੇ ਬਾਅਦ ਆਊਂਗੀ ਤਾਂ ਫਿਰ ਆਪਾਂ ਆਨੰਦ ਕਾਰਜ ਕਰਾਉਣੇ। ਮੈਂ ਸੋਚਿਆ ਕਿ ਮਜ਼ਾਕ ਕਰਦੇ ਪਹਿਲਾਂ, ਕਹਿੰਦੇ ਨਹੀਂ ਮੈਂ ਸੱਚ ਹੀ ਬੋਲ ਰਹੀ ਹਾਂ। ਫਿਰ 3 ਮਹੀਨੇ ਬਾਅਦ ਆ ਗਿਆ, ਫਿਰ ਅਸੀਂ ਆਪਣੇ ਨਗਰ ਦੇ ਵਿੱਚ ਹੀ ਗੁਰੂ ਘਰ ਆਨੰਦ ਕਾਰਜ ਕਰ ਲਏ। What do you most like in Punjab? The most I like me about the culture for Nihang Singh. I belong to the Buddha Dal, so I have taken a Shastra license also. ਕਿਸੇ ਨੂੰ ਕੋਈ ਕੀਤਾ ਵੀ ਤੁਸੀਂ ਇਹ ਆਪਾਂ ਨੂੰ ਨਹੀਂ ਹੈਗਾ ਕਿਉਂਕਿ ਆਪਣੀ ਭਾਸ਼ਾ ਨਹੀਂ ਜਾਣਦੇ, ਇਹਨਾਂ ਦਾ ਕਲਚਰ ਹੋਰ ਹੈ ਆਪਣਾ ਕਲਚਰ ਹੋਰ ਹੈ? ਨਹੀਂ ਵੀਰ ਜੀ, ਮੇਰੇ ਪਰਿਵਾਰ ਨੇ ਤਾਂ ਮੈਂ ਉਹਨਾਂ ਨੇ ਕਹਿਤਾ ਸੀ ਜਿੱਦਾਂ ਤੇਰੀ ਇੱਛਾ ਹੈ, ਜੋ ਤੈਨੂੰ ਵਧੀਆ ਲੱਗਦਾ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ, ਕਿਉਂਕਿ ਇਹ ਪੰਜਾਬੀ ਸਮਝਦੇ, ਪੂਰੀ ਸਮਝਦੇ ਆ, ਲੇਕਿਨ ਬੋਲਣ 'ਚ ਪਰੇਸ਼ਾਨੀ ਹੁੰਦੀ, ਇਹਨਾਂ ਨੂੰ ਥੋੜ੍ਹੀ ਜਿਹੀ ਦਿੱਕਤ ਆਉਂਦੀ ਆ, ਬਾਕੀ ਸਮਝਦੇ ਵੀ ਲਿਖ ਵੀ ਲੈਂਦੇ ਆ ਇਹ। ਇਹ ਬਾਬਾ ਜੀ ਇਹਨਾਂ ਦੇ ਵੀ ਦੁਮਾਲਾ ਸਜਾਇਆ ਹੋਇਆ, ਤੁਹਾਡੇ ਵੀ ਸਜਾਇਆ ਹੋਇਆ, ਇਹ ਦੁਮਾਲਾ ਆਪਣੇ ਆਪ ਸਜਾ ਲੈਂਦੇ ਆ? ਹਾਂਜੀ ਹਾਂਜੀ, ਇਹ ਮਤਲਬ ਛੋਟਾ ਦੁਮਾਲਾ ਸਜਾਉਂਦੇ ਆ, ਇੱਦਾਂ ਕਈ ਵਾਰੀ ਇਹਨੂੰ ਬੁੰਗਾ ਥੋੜ੍ਹਾ ਸਜਾਉਣ ਦਾ ਔਖਾ ਲੱਗਦਾ, ਫਿਰ ਮੈਨੂੰ ਥੋੜ੍ਹੀ ਹੈਲਪ ਕਰਨੀ ਪੈਂਦੀ। ਸਤਿ ਸ਼੍ਰੀ ਅਕਾਲ ਦਾ ਸਿਟੀ ਹੈਡਲਾਈਨਸ ਦੇ ਕਰੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਧ। ਅੱਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖੜ੍ਹੇ ਹਾਂ, ਇੱਕ ਜੋੜੀ ਦੇ ਨਾਲ ਤੁਹਾਨੂੰ ਅਸੀਂ ਮਿਲਾਉਣਾ ਹੈ। ਅਕਸਰ ਹੀ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਆ ਉਹ ਜੋੜੀ ਕਿ ਇੱਕ ਗੁਰਸਿੱਖ ਅਮੈਰੀਕਾ ਦੇ ਵਿੱਚੋਂ ਇੱਕ ਗੋਰੀ ਦੇ ਨਾਲ ਜਿਹੜਾ ਵਿਆਹ ਕਰਵਾਉਂਦਾ ਹੈ ਉਹਨਾਂ ਨੂੰ ਇੱਧਰ ਪੰਜਾਬ ਲੈ ਕੇ ਆਉਂਦਾ, ਅਤੇ ਸਭ ਤੋਂ ਵੱਡੀ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਉਹ ਅੰਮ੍ਰਿਤ ਵੀ ਛਕਦੇ ਆ, ਗੁਰੂ ਵਾਲੇ ਵੀ ਬਣਦੇ ਆ, ਅਤੇ ਅੱਜ ਨਿਹੰਗ ਸਿੰਘ ਦੇ ਬਾਣੇ ਵਿੱਚ ਦੋਨੋਂ ਨਜ਼ਰ ਆ ਰਹੇ ਨੇ। ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਬਾਬਾ ਜੀ ਬਹੁਤ ਚਰਚੇ ਆ ਤੁਹਾਡੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰਨ ਲੱਗੇ, ਕਾਫੀ ਤੁਹਾਡੀਆਂ ਵੀਡੀਓਜ਼ ਆਉਂਦੀਆਂ ਉੱਥੇ। ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਤੁਹਾਡਾ ਨਾਮ ਕੀ ਹੈ, ਕਿੱਥੋਂ ਦੇ ਤੁਸੀਂ ਰਹਿਣ ਵਾਲੇ? ਮੇਰਾ ਨਾਮ ਨਿਹੰਗ ਗੁਰਜੈਤ ਸਿੰਘ, ਆਨੰਦਪੁਰੀਆ ਬੁੱਢਾ ਦਲ। ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਕਪੂਰਥਲੇ ਤੋਂ ਵੀਰੇ। ਬਾਬਾ ਜੀ ਤੁਹਾਡੇ ਜੋੜੀ ਦੇ ਬੜੇ ਚਰਚੇ ਆ, ਮੇਲ ਕਿਵੇਂ ਹੁੰਦਾ ਤੁਹਾਡਾ? ਇੱਕ ਦੂਜੇ ਨੂੰ ਕਿੱਦਾਂ ਮਿਲਦੇ ਹੋ? ਫੇਸਬੁੱਕ ਰਾਹੀਂ ਵਿੱਚ ਹੀ। ਫੇਸਬੁੱਕ 'ਤੇ ਅਸੀਂ ਫਰੈਂਡ ਸੀ ਕਾਫੀ ਦੇਰ ਤੋਂ, ਅਤੇ ਇੱਦਾਂ ਹੀ ਫਿਰ ਇੱਕ ਦਿਨ ਮੈਂ ਇਹਨਾਂ ਨੂੰ ਮੈਸੇਜ ਕੀਤਾ ਫਤਿਹ ਬੁਲਾਈ ਜਿੱਦਾਂ, ਅਤੇ ਇਹਨਾਂ ਨੇ ਅੱਗੇ ਮੈਨੂੰ ਜਵਾਬ ਦਿੱਤਾ ਕਿ ਮੈਨੂੰ ਜਾਂ ਤਾਂ ਇੰਗਲਿਸ਼ ਵਿੱਚ ਲਿਖ ਕੇ ਭੇਜੋ ਜਾਂ ਫਿਰ ਬੋਲ ਕੇ ਤੁਸੀਂ ਮੈਨੂੰ ਭੇਜ ਸਕਦੇ ਹੋ, ਅਤੇ ਕਿਉਂਕਿ ਮੈਂ ਪੰਜਾਬੀ ਵਿੱਚ ਭੇਜਿਆ ਸੀ। ਕਈਆਂ ਦੇ ਫੋਨਾਂ ਦੇ ਵਿੱਚ ਪੰਜਾਬੀ ਨਹੀਂ ਹੁੰਦੀ, ਉਹ ਜਿੱਦਾਂ ਕਈ ਵਾਰੀ ਡੱਬੇ ਵਗੈਰਾ ਬਣ ਜਾਂਦੇ ਨਾ, ਉਹ ਇੱਦਾਂ ਡੱਬੇ ਜਿਹਾ ਬਣ ਗਿਆ ਸੀ ਇਹਨਾਂ ਨੇ। ਫਿਰ ਮੈਂ ਇਹਨਾਂ ਨੂੰ ਬੋਲ ਕੇ ਜਿੱਦਾਂ ਮੈਸੇਜ ਕੀਤਾ, ਫਿਰ ਇਹਨਾਂ ਨੇ ਫਤਿਹ ਦਾ ਜਵਾਬ ਦਿੱਤਾ ਫਤਿਹ ਦੇ ਵਿੱਚ, ਅਤੇ ਉਹ ਤੋਂ ਗੱਲ ਸ਼ੁਰੂ ਹੋਈ, ਫਿਰ ਆਨੰਦ ਕਾਰਜ ਸੇ ਰੋਕੀ ਆ ਗਏ। ਅੱਛਾ ਬਾਬਾ ਜੀ, ਕਿਵੇਂ ਫਿਰ ਪੰਜਾਬ ਆਉਣਾ ਕਿਵੇਂ ਹੋਇਆ ਇਹਨਾਂ ਦਾ? ਕਿਉਂਕਿ ਜਦੋਂ ਆਪਾਂ ਕਿਸੇ ਨੂੰ ਜਾਣਦੇ ਨਹੀਂ ਹੁੰਦੇ ਤਾਂ ਬੜਾ ਮੁਸ਼ਕਲ ਹੁੰਦਾ ਹੈ ਕਿ ਇੱਕ ਦੂਜੇ ਨੂੰ ਸਮਝਣਾ ਪਹਿਲਾਂ, ਕਿਉਂਕਿ ਜਿੰਨਾ ਟਾਈਮ ਅਸੀਂ ਕਿਸੇ ਨੂੰ ਸਮਝ ਨਹੀਂ ਸਕਦੇ ਉਨਾ ਟਾਈਮ ਅਸੀਂ ਕਿਸੇ ਦੇ ਕਰੀਬ ਨਹੀਂ ਆ ਸਕਦੇ। ਫਿਰ ਪੰਜਾਬ ਆਉਣਾ ਕਿਵੇਂ ਹੁੰਦਾ ਇਹਨਾਂ ਦਾ?
जी ये मैनू एक डेढ़ साल तो जानते जिदा काफ़ी हो हूँ तो मतलब एक डेढ़ साल काफ़ी होंगे टाइम एक दूसरे को जानने वास्ते। फिर एक दिन इदा ही इन्होंने मैं मजाक भी की है गुरु घर का, मैं इन्हों कि जिदा तुम आओ तो तुम दर्शन मेले कराने आप गुरु धामा के, तो ये कहते कि हाँ मैं आ तो सकती हूँ लेकिन मैं तेरे नाल कमरा नहीं शेयर कर सकती कि मतलब मैं गुरु की सिंगनी हाँ मैं इदा आ जरूर जाऊँगी पर कमरा नहीं शेयर कर सकती। मैं इन्हों मजाक बच्च इदा ही बोलता मैं चलो तुम मैं आनंद कार्ज करा लियो, तो ये कहते चलो ठीक है। मैं क्योंकि साडा इदा हासा मजाक पहला भी चलता सगा, मैं क्या मैं मजाक के बच्चे इन्होंने कहा इन्होंने पहला भी सोचा जी शायद आनंद कार्ज करवा मेरे नाल, फिर बाद इन्होंने मैं कहा कि मैं 3 महीने बाद आऊँगी तो फिर आप आनंद कार्ज करवाने। मैं सोचा कि मजाक कर दे पहले, कहते नहीं मैं सच ही बोल रही हाँ। फिर 3 महीने बाद आ गया फिर असी अपने नगर के बच्चे गुरु घर आनंद कार्ज कर ले। हाँ जी बाबा जी उदो जो थोड़ा इन्होंने मेल होंगे वो पंजाबी थोड़ी बहुत जानते होंगे कि थोड़े तो सीखी जा सिखाई इन्हों इन्होंने ऐप पर है भीर जी पहला ही क्योंकि मतलब गुरमुखी जी नाल इन्होंने थोड़ा प्रेम आ सीखते रहेंगे कुछ ना कुछ मतलब किताबा पंजाबी वेच पढ़ते नाम भी लिख लेंगे आ मतलब इदा। हाँ जी जो ये मतलब पंजाब आते हैं फिर थोड़ी मैरिज हो जाती है किसी थोड़े जो दोस्त ने कोई रिश्तेदार ने परिवारक मैंबर ने किसी ने कोई किया भी तुम ये अपन नहीं है क्योंकि अपनी भाषा नहीं जानते इन्हों का कल्चर हो रहा है अपना कल्चर हो रहा है। नहीं भीर जी मेरे परिवार ने तो मैं उन्होंने कहता जी जिदा तेरी इच्छा है जो तेन वधिया लगता उस तरह तुम कर सकते हो क्योंकि ये पंजाबी समझते पूरी समझते हैं लेकिन बोलने च परेशानी होंगी इन्होंने थोड़ी जी दिक्कत आती है बाकी समझते भी लिख भी लेंगे ये। हाँ जी नाम लिख लेंगे इदा सारा। हाँ जी लिखी हुई पढ़ भी लेंगे जल्द लिखी हुई ना पढ़ भी लेंगे। हाँ जी बाबा जी ये जो ये अब बाने के खड़े है तो थोड़ी सिंगड़ी हमने बन चुके हैं तो जिहड़े बाणे दे विच आए गुरु वाले बने दात इन्होंने अमृत दी लई है वह जो थोड़े आनंद कार्ज होंगे उस तो बाद दात प्राप्त करते कि पहला मतलब इस भीर जी 5 साल तो ही मतलब इस बाणे दे विच आ इतों केसगढ़ साहब तो इन्होंने अमृत छकिया सीगा। हाँ जी 5 साल तो है मेरे नाल इधर खड़े ने मैडम उन्होंने भी गलबात करांगे। वाहिगुरु जी का खालसा वाहिगुरु खालसा वाहिगुरु की फतेह। सत श्री अकाल जी। सत श्री अकाल जी। कित्थों दे रहने वाले हो तुसीं? From my country, Meradesh, Belgium, have or Europe country, frontier with Germany, France, Holland, and England also, not far away, or Examunder crossing, go to England. You like Punjabi? Mainu bahut pasand hai. Punjabi ch kedi kedi cheez samajh lenne ho, ki tuhanu bolna aunda? Yes, I understand. I try learning little bit more, learning every new word and but complete sentence mushkil speak territory. What do you most like in Punjab? The most I like me about the culture for Nihang Singh. I belong to the Buddha Dal, so I have taken a Shastra license also. How to feel this place? This place very nice and today is a special meeting for all Nihang Singh for horse racing. This is every year big meeting here for Hola Mela. So ये जी जोड़ी Nihang Singh दी एक कपूरथले दे रहने वाले शख्स जो कि Nihang Singh दे बाण दे विच असां नाल खड़े है एक फेसबुक के जरिए एक दूजे को जानते हैं हौली हौली दोस्त बनते हैं तो उस तो बाद इन्हां दे पिछे बेलजियम तो एक गोरी आपां कह सकते हैं हुण Nihang Singh दे बाणे विच है वो पंजाब आ जाते हैं पंजाब आके इन्हां दे आनंद कार्ज होंदे आ उस तो बाद यह भी Nihang Singh बाणे विच सज जाते हैं तो अज वधिया खुशियां भरिया जिहड़ा जीवन वो बतीत कर रहे हैं तो फेसबुक के जरिए इन्हां दा मेल हुंदा है। बाबा जी को वापस जावांगे। बाबा जी हुण तुसीं आनंद कार्ज तुहाडे हो गया विआह तुहाडा हो गया इकट्ठे तुसीं रह रहे हो जदों तुसीं अक्सर ही जांदे ते बाहर घूमण भी जांदे होवोगे तां लोक तुहाडे जोड़ी नूं देखदे आ किद्दां दे कमेंट आउंदे आ? हाँ जी बहुत प्यार मिलता वीर जी कहिंदा जदों वी हुण जांदे आ अपनियां बच्चियां किते वी जाईदा इन्हां नाल फोटो खिचवांदे आ बहुत वधिया लगदा। हाँ जी क्योंकि एक तां बाणी विच हाँ गोरे बहुत आउंदे आ लेकिन ये सिक्खी सरूप के बच्चे इस करके थोड़ा। हाँ जी वधिया लगता ये अपने होर भी
बच्चे है जेडे उन्हां नूं भी थोड़ी जिही सिख मिलदी है कि सिक्खी सिक्खी वल आउण। हांजी ए बाबा जी, इन्हां दे वी दुमाला सजाया होया, तुहाडे वी सजाया होया, ए दुमाला अपने आप सजा लैंदे आ? हांजी हांजी, मतलब छोटा दुमाला सजाउंदे आ, इदां कई वारी इहनूं बुंगा थोड़ा सजाउण दा थोड़ा औखा लगदा, फिर मैनूं थोड़ी हैल्प करनी पैंदी। हांजी, जिद्दां अपने आम घरां दी आपां जिंदगी बारे गल कर लगे कि जिहड़ी मतलब घर वालियां हुंदियां ने, वाइफ हुंदियां ने, ਉਹ ਰੋਟੀ ਪਾਣੀ ਘਰੇ ਬਣਾਉਂਦੀਆਂ ਹੁੰਦੀਆਂ, ਸਬਜ਼ੀ ਵਗੈਰਾ, ਇਹ ਫਿਰ ਰੋਟੀ ਪਾਣੀ ਬਣਾ ਲੈਂਦੇ? ਹਾਂਜੀ ਹਾਂਜੀ, ਸਾਰਾ ਕੁਛ ਬਣਾ ਲੈਂਦੇ ਆ। ਹਾਂਜੀ, ਜੋ ਵੀ ਪ੍ਰਸ਼ਾਦਾ ਪਾਣੀ ਇਹੀ ਤਿਆਰ ਕਰ ਲੈਂਦੇ। ਇੱਦਾਂ ਆ ਨਾ ਜੀ, ਸਾਡੀ ਮੇਰੀ ਭਰਜਾਈ ਉਹੀ ਤਿਆਰ ਵੈਸੇ ਤਾਂ ਕਰਦੀ ਹੈ, ਜੋ ਇਹਦਾ ਦਿਲ ਕਰਦਾ ਹੈ ਆਪਣੇ ਆਪ, ਫਿਰ ਜੋ ਮਨਪਸੰਦ ਹੁੰਦਾ ਉਹ ਬਣਾ ਲੈਂਦੇ ਆ। ਹਾਂਜੀ, ਸੋ ਇਹ ਹੈ ਜੀ ਜੋੜੀ ਫੇਸਬੁੱਕ ਰਾਹੀਂ ਜਿਹੜੀ ਇੱਕ ਦੂਜੇ ਨੂੰ ਮਿਲਦੀ ਹੈ, ਅਤੇ ਉਸ ਤੋਂ ਬਾਅਦ ਇਹਨਾਂ ਦੇ ਆਨੰਦ ਕਾਰਜ ਹੁੰਦੇ ਨੇ। ਬਾਬਾ ਜੀ ਮੇਰੇ ਨਾਲ ਨੇ ਕਪੂਰਥਲੇ ਤੋਂ ਰਹਿਣ ਵਾਲੇ ਆ। ਸੋ ਤੁਸੀਂ ਸਾਡੇ ਨਾਲ ਜੁੜਿਓ, 10 ਸਿਟੀ ਹੈਡਲਾਈਨਸ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਗਗਨ ਸਮਾਤ, ਨਾਲ ਕੈਮਰਾਮੈਨ ਪ੍ਰਿੰਸ ਕੁਮਾਰ।